ਫਾਜ਼ਿਲਕਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਤਿੰਨ ਸਕੇ ਭਰਾਵਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਹੋਈ। ਤਿੰਨਾਂ ਵਿੱਚੋਂ 2 ਭਰਾ ਫੌਜ ਵਿੱਚ ਕੰਮ ਕਰਦੇ ਸਨ, ਘਰ ਛੁੱਟੀ 'ਤੇ ਆਏ ਹੋਏ ਸਨ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਆਪਰੇਸ਼ਨ ਚਲਾਇਆ ਗਿਆ ਸੀ, ਜਿਸ ਵਿੱਚ ਤਾਰੋ ਪਾਰ ਕਣਕ ਦੇ ਖੇਤਾਂ ਵਿੱਚ ਹੈਰੋਇਨ ਦੱਬੀ ਹੋਈ ਮਿਲੀ। ਨਸ਼ਾ ਤਸਕਰ ਪਾਕਿਸਤਾਨ ਵਿੱਚ ਬੈਠੇ ਡੋਗਰ ਨਾਮ ਦੇ ਇੱਕ ਸ਼ਖਸ ਦੇ ਸੰਪਰਕ ਵਿੱਚ ਸਨ ਅਤੇ ਉਸ ਤੋਂ ਹੀਰੋਇਨ ਮੰਗਵਾਈ ਜਾਂਦੀ ਸੀ। ਦੇਖੋ ਇੱਕ ਰਿਪੋਰਟ। ਅਤੇ ਕੰਮ ਵੀ ਕਾਫੀ ਇਫੈਕਟ ਹੋਇਆ ਓਵਰਆਲ, ਅਤੇ ਆਪਣਾ ਪੋਸਟ ਵੀ ਬੰਦ ਰਹੇ ਹੈਗੇ ਆ, ਅਤੇ ਪੁਲਿਸ ਦਾ ਵੀ ਕੰਮ ਬੈਕ ਸੀਟ 'ਤੇ ਰਿਹਾ, ਡੀਸੀ ਓਫਿਸ ਵੀ ਬੰਦ ਰਿਹਾ। ਉਹਦੇ ਕਾਰਨ ਹੁਣ ਫਿਲਹਾਲ ਹਰ ਇੱਕ ਪਾਸੇ ਬੈਕਲੋਗ ਕਾਫੀ ਜ਼ਿਆਦਾ। ਸਾਡੇ ਟੋਟਲ 3000 ਮੁਕੱਦਮੇ ਹੈਗੇ ਜਿਹੜੇ ਅੰਡਰ ਇਨਵੈਸਟੀਗੇਸ਼ਨ ਹੈ। 3500 ਮੁਕੱਦਮਾ ਇੱਥੇ ਕੋਰਟਾਂ ਦੇ ਵਿੱਚ ਅੰਡਰ ਟ੍ਰਾਇਲ ਚੱਲ ਰਿਹਾ ਇਸ ਟਾਈਮ, ਤਿੰਨੋਂ ਕੋਰਟਾਂ ਦਾ ਮਿਲਾ ਕੇ। ਅਤੇ ਆਪਣਾ ਹੋਰ ਹੋ ਕੇ ਇਹ ਐਸ ਪੀ ਡੀ ਸਾਹਿਬ ਪੂਰਾ ਉਹ ਦੇਖ ਰਹੇ ਹੈ ਕਿ ਇਹਨਾਂ ਦਾ ਟ੍ਰਾਇਲ ਜਿਹੜਾ ਪੈਰਵੀ ਤਾਂ ਕਿ ਸਜ਼ਾ ਵਗੈਰਾ ਪੂਰੀ ਹੋਵੇ ਉਹਨਾਂ ਨੂੰ, ਅਤੇ ਤਫਤੀਸ਼ 'ਚ ਕਿਸੇ ਪੱਖੋਂ ਜਿਹੜਾ ਹੈਗਾ ਕਮੀ ਨਾ ਰਹੇ। ਹੁਣ ਤਫਤੀਸ਼ ਦੇ ਵਿੱਚ ਵੀ ਅਸੀਂ ਕਾਫੀ ਜਿਹੜੀਆਂ ਹੈਗੀਆਂ ਮਤਲਬ ਇਹਨਾਂ ਨੂੰ ਹਦਾਇਤ ਕੀਤੀ ਹੈ ਵੀ ਜਿਵੇਂ ਹੈਗਾ ਉਵੇਂ ਹੀ ਕਰੋ, ਠੀਕ ਹੈ ਨਾ। ਰਿਕਵਰੀ ਨਹੀਂ ਹੁੰਦੀ, ਡੀ ਐਸ ਪੀ ਜਲਾਲਾਬਾਦ ਨੇ ਮੁਕੱਦਮਾ ਦਿੱਤਾ ਸੀ ਅਤੇ ਉਹ ਮੈਂ ਕਿਹਾ ਜਿਵੇਂ ਇਨਫੋਰਮੇਸ਼ਨ ਆਉਂਦੀ ਮੁਕੱਦਮਾ ਦਿਓ, ਬਾਅਦ 'ਚ ਜਾ ਕੇ ਸਰਚ ਕਰੋ, ਨਹੀਂ ਹੋਈ ਰਿਕਵਰੀ ਕੋਈ ਗੱਲ ਨਹੀਂ। ਤਫਤੀਸ਼ ਜਿਹੜੀ ਹੈ ਵੀ ਉਹ ਵੀ ਅਸੀਂ ਮਤਲਬ ਉਹਦੇ ਕਿਤੇ ਵੀ ਅਸੀਂ ਕਿਸੇ ਬੰਦੇ ਨੇ ਕਿਸੇ ਵੀ ਵਿਅਕਤੀ ਨੂੰ, ਮੰਨ ਲਓ ਕੋਈ ਵੀ ਪੋਲੀਟੀਸ਼ੀਅਨ ਹੈ ਜਾਂ ਕੋਈ ਵੀ ਲੀਡਰ ਹੈ, ਉਹਨੂੰ ਅਗਲੇ ਨੇ ਜਾ ਕੇ ਇਹ ਦੱਸਣਾ ਵੀ ਸਾਡਾ ਬੰਦਾ ਬੇਕਸੂਰ ਹੈ, ਤਾਂ ਉਹਨੇ ਫੋਨ ਕਰਨਾ ਹੀ। ਸਾਡਾ ਐਕਸਪੀਰੀਅੰਸ ਹੈਗਾ ਵੀ ਜੇ ਆਪਾਂ ਕਿਸੇ ਵੀ ਵਿਅਕਤੀ ਨੂੰ ਜਿਹੜਾ ਸਿਫਾਰਿਸ਼ ਕਰਦਾ ਉਹਨੂੰ ਦੱਸ ਦਈਏ ਕਿ ਬਈ ਆਹ ਫੈਕਟ ਹੈ ਕਿ ਇੱਦਾਂ ਤਾਂ ਉਹ ਅਗਲਾ ਨਹੀਂ ਕਰਦਾ, ਉਹਨਾਂ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਕੀ ਚੀਜ਼ ਹੈਗੀ ਹੈ। ਹੁਣ ਤੁਹਾਨੂੰ ਵੀ ਜੇ ਦੱਸਾਂਗੇ ਨਹੀਂ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਅਸਲੀ ਚੀਜ਼ ਕੀ ਹੈਗੀ ਹੈ। ਉਹ ਇਸ ਕਰਕੇ ਜਿਹੜੀ ਉਹ ਅਸਲੀਅਤ ਜੇ ਆਪਾਂ ਦੱਸ ਦਈਏ ਉਹਨੂੰ ਕੋਈ ਨਹੀਂ ਸਿਫਾਰਿਸ਼ ਕਰਦਾ, ਮੇਰਾ ਉਹ ਬਹੁਤ ਜ਼ਰੂਰੀ ਹੈ ਜੇ ਆਪਾਂ।